ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ ਚੈਨਲ hihi exam study ਦੇ ਵਿੱਚ ਮੈਂ ਹਾਂ ਅੰਦਰ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਜੀ ਪਹਿਲਾ ਐਂਗਲੋ ਮਰਾਠਾ ਜਦੂ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਵੀ ਪਹਿਲਾ ਐਂਗਲੋ ਮਰਾਠਾ ਜਦੂ ਕਦੋਂ ਤੋਂ ਕਦੋਂ ਤੱਕ ਲੜਿਆ ਗਿਆ ਕਿਹਨਾਂ ਦੇ ਵਿਚਕਾਰ ਲੜਿਆ ਗਿਆ ਕੀ ਕਾਰਨ ਸੀਗੇ ਇਸ ਜਦੂ ਨੂੰ ਲੜਨ ਦੇ ਤਾਂ ਇਸ ਨੂੰ ਆਪਾਂ ਪੂਰੀ ਡਿਟੇਲ ਦੇ ਵਿੱਚ ਪੜਾਂਗੇ ਇਹ ਜਿਹੜੀ ਵੀਡੀਓ ਹੈਗੀ ਤੁਹਾਡੇ ਪੇਪਰ ਦੇ ਪੁਆਇੰਟ ਹੁਬੀ ਤੋਂ ਕਾਫੀ ਮਹੱਤਵਪੂਰਨ ਹੈ ਸੋ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਐਂਗਲੋ ਮਰਾਠਾ ਜੰਦ ਜੋ ਕਿ 1775 ਈਸਵੀ ਤੋਂ 1782 ਈਸਵੀ ਦੇ ਵਿੱਚ ਹੋਇਆ ਸੀਗਾ ਉਸ ਸਮੇਂ ਮਰਾਠਿਆਂ ਦੀਆਂ ਦੋ ਮੇਨ ਪਦਵੀਆਂ ਹੁੰਦੀਆਂ ਸਨ ਜੀ ਕਿਹੜੀਆਂ-ਕਿਹੜੀਆਂ ਤਾਂ ਉਹ ਸੀਗੀ ਇੱਕ ਸੀਗੀ ਸਤਰਪਤੀ ਤੇ ਦੂਸਰੀ ਸੀਗੀ ਪੇਸ਼ਵਾ ਇਹ ਦੋ ਮੁੱਖ ਪਦਵੀਆਂ ਸੀਗੀਆਂ ਮਰਾਠਿਆਂ ਦੀਆਂ ਸਤਰਪਤੀ ਰਾਜਾ ਹੁੰਦਾ ਸੀਗਾ ਤੇ ਪੇਸ਼ਵਾ ਹੁੰਦਾ ਸੀਗਾ ਮੰਤਰੀ ਜੇਕਰ ਅੱਜ ਦੇ ਦੌਰ ਦੇ ਵਿੱਚ ਇਹਨਾਂ ਨੂੰ ਕੰਪੇਅਰ ਕਰੀਏ ਤਾਂ 70ਪਤੀ ਹੁੰਦਾ ਸੀਗਾ ਜੀ ਰਾਸ਼ਟਰਪਤੀ ਤੇ ਪੇਸ਼ਵਾ ਹੁੰਦਾ ਸੀਗਾ ਪ੍ਰਧਾਨ ਮੰਤਰੀ ਤਾਂ ਜਿਹੜਾ 70ਪਤੀ ਹੁੰਦਾ ਸੀਗਾ ਅੱਗੇ ਉਹ ਕੀ ਕਰਦਾ ਹੁੰਦਾ ਸੀਗਾ ਪੇਸ਼ਵਾ ਦੀ ਜਿਹੜੀ ਚੋਣ ਆ ਗਈ ਉਹ ਆਪਣੇ ਤੌਰ ਦੇ ਉੱਤੇ ਕਰ ਲੈਂਦਾ ਸੀਗਾ ਜੋ ਬੰਦਾ ਉਸ ਨੂੰ ਯੋਗ ਲੱਗਦਾ ਸੀ ਉਸ ਨੂੰ ਪੇਸ਼ਵਾ ਬਣਾ ਦਿੱਤਾ ਜਾਂਦਾ ਸੀਗਾ ਪਰ 1740 ਤੋਂ ਪੇਸ਼ਵਾ ਦੀ ਪਦਵੀ ਸੀਗੀ ਜਿਹੜੀ ਇਹ ਵੰਸ਼ਾਗਤ ਹੋ ਗਈ ਸੀ ਵੰਸਾਤ ਹੋ ਗਈ ਮਤਲਬ ਵਸਦੇ ਆਧਾਰ ਤੇ ਪੇਸ਼ਵਾ ਦੀ ਜਿਹੜੀ ਪਦਵੀ ਹੈਗੀ ਉਹ ਅੱਗੇ ਚੱਲਣ ਲੱਗ ਗਈ ਸੀ ਜਿਹੜਾ ਵਿਅਕਤੀ 1740 ਤੋਂ ਪੇਸ਼ਵਾ ਬਣ ਗਿਆ ਸੀ ਅੱਗੇ ਉਸ ਦੇ ਵੰਸ ਦੇ ਆਧਾਰ ਤੇ ਹੀ ਜਿਹੜੀ ਹੈਗੀ ਚੋਣ ਹੁੰਦੀ ਸੀਗੀ ਪੇਸ਼ਵਾ ਦੀ ਤਾਂ ਪਹਿਲਾ ਐਂਗਲੋ ਮਰਾਠਾ ਜਦ ਇਹਦੀ ਜਿਹੜੀ ਸ਼ੁਰੂਆਤ ਹੈਗੀ ਉਹ ਕਿੱਥੋਂ ਹੁੰਦੀ ਆ ਤੇ ਇਹਦੀ ਜਿਹੜੀ ਸ਼ੁਰੂਆਤ ਹੈਗੀ ਸ਼ੁਰੂਆਤੀ ਦੌਰ ਦੇ ਵਿੱਚ ਇਹ ਸ਼ੁਰੂਆਤ ਹੁੰਦੀ ਹੈ ਜੀ ਪਾਣੀਪਤ ਦੀ ਤੀਜੀ ਲੜਾਈ ਤੋਂ ਜੋ ਕਿ 3 ਜਨਵਰੀ 1761 ਦੇ ਵਿੱਚ ਲੜੀ ਗਈ ਕੰਨਾ ਦੇ ਵਿੱਚਕਾਰ ਲੜੀ ਗਈ ਅਹਿਮਦ ਸਾਹ ਅਫਦਾਲੀ ਤੇ ਮਰਾਠਿਆਂ ਦੇ ਵਿਚਕਾਰ ਉਸ ਸਮੇਂ ਮਰਾਠਿਆਂ ਦੀ ਅਗਵਾਹੀ ਪੇਸ਼ਵਾ ਬਾਲਾਜੀ ਬਾਜੀਰਾਓ ਨੇ ਕੀਤੀ ਸੀ ਜਿਸ ਚ ਮਰਾਠਿਆਂ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਸੀ ਇੱਥੇ ਤੁਸੀਂ ਪੇਸ਼ਵਾ ਬਦਲਾਜੀ ਬਾਜੀਰਾਓ ਨੂੰ ਦੇਖ ਸਕਦੇ ਹੋ ਤੇ ਇਹ ਇਹਦੇ ਤਿੰਨ ਪੁੱਤਰ ਸਨ ਜੀ ਵਿਸ਼ਵਾਸਰਾਓ ਮਦਮਰਾਓ ਤੇ ਨਾਰਾਇਣਰਾਓ ਤੇ ਤਿੰਨ ਦੇ ਸਦੇ ਭਰਾ ਸੀਗੇ ਰਗੁਨਾਥਰਾਓ ਕ੍ਰਿਸ਼ਨਰਾਓ ਅਤੇ ਸਦਾशिवम ਪਾਉ ਜਿਹੜੀ ਪਾਣੀਪਤ ਦੀ ਤੀਜੀ ਲੜਾਈ ਹੁੰਦੀ ਆ ਉਹਦੇ ਵਿੱਚ ਬਾਲਾਜੀ ਬਾਜੀਰਾਓ ਦਾ ਪੁੱਤਰ ਵਿਸ਼ਵਾਸਰਾਓ ਮਾਰਿਆ ਜਾਂਦਾ ਜੀ ਤੇ ਦੋ ਭਰਾ ਮਾਰੇ ਜਾਂਦੇ ਨੇ ਇਸ ਦੇ ਕ੍ਰਿਸ਼ਨਰਾਓ ਅਤੇ ਸਦਾਸੀ ਪਾਉ ਇਹ ਜਿਹੜੇ ਨੇਗੇ ਪਾਣੀਪਤ ਦੀ ਤੀਜੀ ਲੜਾਈ ਦੇ ਵਿੱਚ ਮਾਰੇ ਜਾਂਦੇ ਨੇ ਤੀਜੀ ਲੜਾਈ ਦੇ ਵਿੱਚ ਮਾਰੇ ਜਾਣ ਦੇ ਕਾਰਨ ਪੇਸ਼ਵਾ ਬਾਲਾਜੀ ਬਾਜੀਰਾਓ ਤੇ ਇਸ ਹਾਰ ਦਾ ਬਹੁਤ ਬੁਰਾ ਅਸਰ ਹੁੰਦਾ ਹੈ ਅਤੇ ਲੜਾਈ ਹਾਰਨ ਤੋਂ 6 ਮਹੀਨਾ ਬਾਅਦ 1761 ਦੇ ਵਿੱਚ ਇਸ ਦੀ ਅਗਲੇ ਬਾਲਾਜੀ ਬਾਜੀਰਾਓ ਦੀ ਮੌਤ ਤੋਂ ਬਾਅਦ ਪੇਸ਼ਵਾ ਬਣਦਾ ਜੀ ਉਸ ਦਾ ਪੁੱਤਰ ਪੇਸ਼ਵਾ ਮਾਧਵਰਾਓ ਬਾਲਾਜੀ ਦਾ ਜਿਹੜਾ ਭਰਾ ਹੁੰਦਾ ਵਾ ਰਗੁਨਾਥਰਾਓ ਉਸ ਨੂੰ ਇਹ ਹੁੰਦਾ ਵਾ ਵੀ ਬਾਲਾਜੀ ਬਾਜੀਰਾਓ ਦੀ ਮੌਤ ਤੋਂ ਬਾਅਦ ਪੇਸ਼ਵਾ ਉਸ ਨੂੰ ਬਣਾ ਦੇਣਾ ਚਾਹੀਦਾ ਸੀ ਪਰ ਇਦਾਂ ਨਹੀਂ ਹੁੰਦਾ ਇਸ ਨੂੰ ਪੇਸ਼ਵਾ ਨਹੀਂ ਬਣਾਇਆ ਜਾਂਦਾ ਤੇ ਜਿਹੜਾ ਮਾਧਵਰਾਓ ਹੁੰਦਾ ਉਹ ਰਗੁਨਾਥਰਾਓ ਨੂੰ ਜੇਲ ਕਰ ਦਿੰਦਾ ਬਾਜੀ ਜੇਲ ਦੇ ਵਿੱਚ ਕਰ ਦਿੰਦਾ ਰਗੁਨਾਥ Rao ਨੂੰ ਇਥੋਂ ਯਾਨੀ ਕਿ ਜਿਹੜੀ ਹੈਗੀ ਪੇਸ਼ਵਾ ਬਣਨ ਦੇ ਲਈ ਸੰਘਾਸਾ ਹੈ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਉਹ ਸ਼ੁਰੂ ਹੋ ਜਾਂਦਾ ਵਾ ਤੇ ਇਹ ਉਸ ਦਾ ਭਰਾ ਵਾ ਜੀ ਨਾਰਾਇਣ Rao ਤੇ ਜਿਹੜਾ ਪੇਸ਼ਵਾ ਮਾਧਵ Rao ਹੁੰਦਾ ਉਹ ਇੱਕ ਜੋਗ ਸ਼ਾਸਕ ਹੁੰਦਾ ਇਸ ਦੇ ਅੰਦਰ ਮਰਾਠਾ ਸੰਘਾ ਜਿਹੜਾ ਉਹ ਵਧੀਆ ਕੰਮ ਕਰਦਾ ਵਾ ਜਿਹੜਾ ਮਰਾਠਾ ਸੰਘ ਸੀਗਾ ਉਹਦੇ ਵਿੱਚ ਕਿਹੜਾ-ਕਿਹੜਾ ਸ਼ਾਮਲ ਸੀਗੇ ਇੱਕ ਤਾਂ ਉਹਦੇ ਵਿੱਚ ਸ਼ਾਮਲ ਸੀਗਾ ਜੀ ਗੈਕਵੜ ਭੋਸਲੇ ਪੇਸ਼ਵਾ ਹੌਲਕਰ ਅਤੇ ਸਿੰਧੀਆ ਇਹ ਪੰਜ ਏਰੀਆਸ ਆਮਲ ਸੀਗੇ ਜੀ ਮਰਾਠਾ ਸੰਘ ਦੇ ਵਿੱਚ ਜਿਹੜੇ ਗੈਕਵਾਲ ਸੀਗੇ ਉਹ ਰਾਜ ਕਰਦੇ ਸੀਗੇ ਜੀ ਬਡਾਉਦਰਾ ਤੇ ਭੋਸਲੇ ਰਾਜ ਕਰਦੇ ਸੀ ਨਾਗਪੁਰ ਤੇ ਪੇਸ਼ਵਾ ਕਰਦੇ ਸੀਗੇ ਜੀ ਪੂਨੇ ਤੇ ਤੇ ਹੌਲਕਰ ਇੰਦੋਰ ਚ ਤੇ ਸਿੰਧੀਆ ਕਰਦੇ ਸੀਗੇ ਗਵਾਲੀਅਰ ਦੇ ਵਿੱਚ ਮਤਲਬ ਇੰਡੀਪੈਂਡੈਂਟ ਰਾਜ ਕਰਦੇ ਸੀਗੇ ਇਹ ਅਲੱਗ-ਅਲੱਗ ਖੇਤਰਾਂ ਦੇ ਵਿੱਚ ਪਰ ਇਹਨਾਂ ਦਾ ਜਿਹੜਾ ਮੁੱਖ ਸੀਗਾ ਉਹ ਸੀਗਾ ਜੀ ਪੂਨੇ ਦੇ ਵਿੱਚ ਪੇਸ਼ਵਾ ਨਾ ਚੱਲਦਾ ਸੀਗਾ ਜੀ ਪੇਸ਼ਵਾਦ ਤੇ ਪੇਸ਼ਵਾਦੇ ਅੰਡਰ ਹੀ ਇਹ ਸਾਰੇ ਆਉਂਦੇ ਸੀ ਪਰ ਇਹਨਾਂ ਦਾ ਇੰਡੀਪੈਂਡੈਂਟ ਤੌਰ ਦੇ ਉੱਤੇ ਆਪੋ ਆਪਣਾ ਖੇਤਰ ਸੀਗਾ ਤੇ ਆਪੋ ਆਪਣੇ ਖੇਤਰ ਦੇ ਵਿੱਚ ਇਹ ਰਾਜ ਕਰਦੇ ਸੀਗੇ ਜਿਵੇਂ ਸਿੰਧੀਆ ਹੋਲਕਰ ਭੋਸਲੇ ਤੇ ਗੈਕਵੜ ਇਹ ਆਪੋ ਆਪਣੇ ਰਾਜ ਰਾਜ ਦੇ ਵਿੱਚ ਰਾਜ ਕਰਦੇ ਸੀਗੇ ਪਰ ਅੰਡਰ ਕੀ ਦੇ ਆਉਂਦੇ ਸੀਗੇ ਇਹ ਪੇਸ਼ਵਾਦੇ ਨਾ ਪੇਸ਼ਵਾਦ ਆਉਂਦਾ ਸੀ ਮਰਾਠਿਆਂ ਦਾ ਆਉਂਦਾ ਸੀ ਤਾਂ ਇਹ ਜੀ ਸੀਗੀ ਤੇ ਜਦੋਂ ਪੇਸ਼ਵਾ ਮਧੁਰਾਓ ਹੁੰਦਾ ਵਾ ਤਾਂ ਇਸ ਦੀ ਜਿਹੜੀ ਮੌਤ ਆ ਗਈ ਉਹ 16 ਸਾਲ ਦੀ ਉਮਰ ਦੇ ਵਿੱਚ ਹੋ ਜਾਂਦੀ ਹੈ ਟੀਵੀ ਦੇ ਨਾਲ 16 ਸਾਲ ਦੀ ਉਮਰ ਦੇ ਵਿੱਚ ਪੇਸ਼ਵਾ ਮਧੁਰਾਓ ਟੀਵੀ ਦੇ ਨਾਲ ਮਰ ਜਾਂਦਾ ਵਾ ਉਸ ਤੋਂ ਬਾਅਦ ਜਿਹੜਾ ਵਾ ਪੇਸ਼ਵਾ ਬਣੂਗਾ ਜੀ ਨਰੈਣ ਰਾਓ ਨਰੈਣ ਰਾਓ ਉਸ ਤੋਂ ਬਾਅਦ ਪੇਸ਼ਵਾ ਬਣਦਾ ਵਾ ਅੱਗੇ ਆਪਾਂ ਦੇਖਦੇ ਹਾਂ ਅੱਗੇ ਪੇਸ਼ਵਾ ਬਣ ਜਾਂਦਾ ਵਾ ਜੀ ਨਰੈਣ ਰਾਓ ਤੇ ਨਰੈਣ ਰਾਓ ਕੀ ਕਰਦਾ ਵਾ ਰਗੁਨਾਥ ਰਾਓ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੰਦਾ ਵਾ ਕਿਉਂਕਿ <Kyonske>, ਰਗੂਨਾਥ Rao ਨੂੰ ਪੇਸ਼ਵਾ ਮਾਧਮਰਾਓ ਨੇ ਜੇਲ੍ਹ ਦੇ ਵਿੱਚ ਕਰ ਦਿੱਤਾ ਸੀਗਾ ਤੇ ਪੇਸ਼ਵਾ ਵੱਲੋਂ ਅਨੁਸਾਰ ਨਰੈਣ Rao ਰਗੂਨਾਥ Rao ਨੂੰ ਜੇਲ੍ਹ ਤੋਂ ਰਿਹਾਈ ਦੇ ਦਿੰਦਾ ਵਾ ਤੇ ਫਿਰ ਕੀ ਹੁੰਦਾ ਵਾ ਜਿਹੜਾ ਰਗੂਨਾਥ Rao ਹੁੰਦਾ ਵਾ ਉਹ ਪੇਸ਼ਵਾ ਨਰੈਣ Rao ਦੀ ਹੱਤਿਆ ਕਰਵਾ ਦਿੰਦਾ ਜੀ ਮਤਲਬ ਇਸ ਨੂੰ ਮਰਵਾ ਦਿੰਦਾ ਵਾ ਇਸ ਨੂੰ ਮਰਵਾ ਦਿੰਦਾ ਵਾ ਉਸ ਸਮੇਂ ਕੀ ਹੁੰਦਾ ਵਾ ਨਰੈਣ Rao ਦੇ ਘਰ ਵਾਲੀ ਗੰਗੂ ਬਾਈ ਦੇ ਬੱਚਾ ਹੋਣ ਵਾਲਾ ਹੁੰਦਾ ਜੀ ਉਸ ਸਮੇਂ ਨਰੈਣਰਾਓ ਦੇ ਘਰ ਵਾਲੀ ਗੰਗੂਬਾਈ ਦੇ ਬੱਚਾ ਹੋਣ ਵਾਲਾ ਹੁੰਦਾ ਹੈ ਜਦੋਂ ਰਗੁਨਾਥਰਾਓ ਪੇਸ਼ਵਾ ਨਰੈਣਰਾਓ ਨੂੰ ਮਰਵਾ ਦਿੰਦਾ ਹੈ ਰਗੁਨਾਥਰਾਓ ਨਰੈਣਰਾਓ ਦੀ ਹੱਤਿਆ ਕਰਵਾਉਣ ਤੋਂ ਬਾਅਦ ਆਪ ਪੇਸ਼ਵਾ ਬਣ ਜਾਂਦਾ ਹੈ ਰਗੁਨਾਥਰਾਓ ਨਰੈਣਰਾਓ ਦੀ ਹੱਤਿਆ ਕਰਵਾਉਣ ਤੋਂ ਬਾਅਦ ਆਪ ਪੇਸ਼ਵਾ ਬਣਦਾ ਹੈ ਤੇ ਨਰੈਣਰਾਓ ਦੇ ਘਰ ਵਾਲੀ ਗੰਗੂਬਾਈ 6 ਮਹੀਨੇ ਬਾਅਦ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਜਿਸ ਨੂੰ ਸਵਾਈ ਮਾਧਵਰਾਓ ਕਿਹਾ ਗਿਆ ਉਸ ਨੂੰ ਸਵਾਈ ਮਾਧਵਰਾਓ ਕਿਹਾ ਗਿਆ ਕਿਉਂਕਿ ਇਹ ਜਿਹੜਾ ਬੱਚਾ ਸੀ ਮਾਧਵਰਾਓ ਤੋਂ ਸਵਾ ਗੁਣਾ ਤੇ ਸੀਗਾ ਇਸ ਲਈ ਇਸ ਨੂੰ ਸਵਾਈ ਮਾਧਵਰਾਓ ਦਾ ਅੱਗੇ ਪੇਸ਼ਵਾ ਰਗੁਨਨਾਥਰਾਓ ਦੇ ਮੰਤਰੀ ਉਸ ਨੂੰ ਪੇਸ਼ਵਾ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ ਅਤੇ ਸਵਾਈ ਮਾਧਵਰਾਓ ਜੋ ਕਿ ਉਸ ਸਮੇਂ 40 ਦਿਨ ਦਾ ਬੱਚਾ ਸੀ ਉਸ ਨੂੰ ਆਪਣਾ ਸਮਰਥਨ ਦੇ ਕੇ ਪੇਸ਼ਵਾ ਬਣਾ ਦਿੰਦੇ ਨੇ ਇਹਨਾਂ ਦੀ ਆਪਸੀ ਲੜਾਈ ਦਾ ਫਾਇਦਾ ਈਸਟ ਇੰਡੀਆ ਕੰਪਨੀ ਪੂਰਾ ਚੱਕਦੀ ਹੈ ਰਗੁਨਾਥਰਾਓ ਅੰਗਰੇਜ਼ਾਂ ਦੀ ਮਦਦ ਲੈਂਦਾ ਹੈ ਅਤੇ 1775 ਦੇ ਵਿੱਚ ਰਗੁਨਾਥਰਾਓ ਅੰਗਰੇਜ਼ਾਂ ਦੇ ਨਾਲ ਸੂਰਤ ਦੀ ਸੰਧੀ ਕਰਦਾ ਹੈ ਸੂਰਤ ਦੀ ਸੰਧੀ ਕਰਨ ਦੇ ਨਾਲ ਇਹ ਕੀ ਕਰਦਾ ਵਾ ਸਾਲ ਸੀਟ ਅਤੇ ਵਿਸ਼ੇਮ ਦਾ ਇਲਾਕਾ ਅੰਗਰੇਜ਼ਾਂ ਨੂੰ ਦੇ ਦਿੰਦਾ ਵਾ ਅਤੇ ਅੰਗਰੇਜ਼ਾਂ ਤੋਂ 2500 ਸੈਨਿਕ ਲੈ ਲੈਂਦਾ ਹੈ। ਇਹਨਾਂ 2500 ਸੈਨਿਕਾਂ ਦੀ ਮਦਦ ਦੇ ਨਾਲ ਰਗੂਨਾਥ Rao ਪੇਸ਼ਵਾਸ ਵਾਈ ਮਾਤੋਰਾ ਦੇ ਸਮਰਥਕਾਂ ਨੂੰ ਹਰਾ ਕੇ ਪੇਸ਼ਵਾ ਬਣ ਜਾਂਦਾ ਹੈ। ਉਸ ਸਮੇਂ 1773 ਦੇ ਵਿੱਚ ਬੰਗਾਲ ਦਾ ਗਵਰਨਰ ਜਰਨਲ ਵਾਰਨ ਹੇਸਟਿੰਗ ਬਣਦਾ ਹੈ। ਉਸ ਸਮੇਂ ਤੱਕ ਅੰਗਰੇਜ਼ਾਂ ਦਾ ਬੰਗਾਲ ਤੇ ਪੂਰਨ ਅਧਿਕਾਰ ਹੋ ਜਾਂਦਾ ਹੈ ਤਿੰਨ ਪ੍ਰੈਸੀਡੈਂਸੀਆਂ ਸੀਗੀਆਂ ਬੰਗਾਲ ਬੰਬੇ ਤੇ ਮਦਰਾਸ ਬੰਗਾਲ ਦੇ ਵਿੱਚ ਅੰਗਰੇਜ਼ਾਂ ਦਾ ਪੂਰਨ ਤੌਰ ਤੇ ਜਿਹੜਾ ਅਧਿਕਾਰ ਹੈਗਾ ਉਹ ਹੋ ਜਾਂਦਾ ਵਾ ਉਹ ਕੋਸ਼ਿਸ਼ ਕਰਦੇ ਨੇਗੇ ਵੀ ਬੰਬੇ ਅਤੇ ਮਦਰਾਸ ਇਹਨਾਂ ਦੋਨਾਂ ਨੂੰ ਵੀ ਜਿੱਤ ਕੇ ਆਪਣਾ ਪੂਰਨ ਤੌਰ ਦੇ ਉੱਤੇ ਇੰਡੀਆ ਦੇ ਉੱਤੇ ਅਧਿਕਾਰ ਕੀਤਾ ਜਾਵੇ ਵਾਰਨ ਹੇਸਟਿੰਗ ਨੂੰ ਸੂਰਤ ਦੀ ਸੰਧੀ ਜੋ ਕਿ ਅੰਗਰੇਜ਼ਾਂ ਤੇ ਰਗੁਨਾਥ Rao ਦੇ ਵਿਚਕਾਰ ਹੋਈ ਸੀ ਬਿਲਕੁਲ ਪਸੰਦ ਨਹੀਂ ਆਈ ਅਤੇ ਇਸ ਸੰਧੀ ਨੂੰ ਵਾਰਨ ਹੇਸਟਿੰਗ ਨੇ ਸਮਾਪਤ ਕਰ ਦਿੱਤਾ ਅਤੇ ਮਰਾਠਿਆਂ ਦੇ ਨਾਲ ਨਵੀਂ ਸੰਧੀ ਜੋ ਕਿ ਪੁਰੰਦਰ ਦੀ ਸੰਧੀ 1776 ਈਸਵੀ ਦੇ ਵਿੱਚ ਕਰਦਾ ਹੈ ਇਹ ਜਿਹੜੀ ਸੰਧੀ ਹੈਗੀ ਮਰਾਠਿਆਂ ਵੱਲੋਂ ਨਾਨਾ ਫਡਨਵੀਜ ਦੇ ਨਾਲ ਕੀਤੀ ਜਾਂਦੀ ਹੈ ਈਸਟ ਇੰਡੀਆ ਕੰਪਨੀ ਦੀ ਤੇ ਨਾਨਾ ਫਡਨਵੀਜ ਨੇ ਰਗੁਨਾਥ ਨਾਓ ਦਾ ਸਾਥ ਛੱਡ ਕੇ ਸਵਾਈ ਮਧਵਰਾਓ ਨੂੰ ਪੇਸ਼ਵਾ ਬਣਾ ਦਿੱਤਾ ਸੀ ਅਤੇ ਅੰਗਰੇਜ਼ਾਂ ਨੇ ਰਗੁਨਾਥ ਨਾਓ ਨੂੰ ਪੈਨਸ਼ਨ ਲਾ ਕੇ ਬਾਕੀ ਸਾਰੀਆਂ ਸ਼ਕਤੀਆਂ ਸਵਾਈ ਮਧਵਰਾਓ ਨੂੰ ਦੇ ਦਿੱਤੀਆਂ ਸੀਗੀਆਂ ਇੱਥੇ ਜਿਹੜੀ ਐਂਟਰੀ ਹੈਗੀ ਉਹ ਬਾਅਰਨ ਹੇਸਟਿੰਗ ਦੀ ਜਦੋਂ 73 ਚ ਹੁੰਦੀ ਆ ਉਹ ਜਿਹੜਾ ਹੈਗਾ ਵੱਡਾ ਮੋਡਲ ਲੈ ਕੇ ਆਉਂਦੀ ਆ ਕਿਉਂਕਿ ਰਗੁਨਾਥ राव ਨੂੰ ਇਹ ਸਾਈਡ ਤੇ ਕਰ ਦਿੰਦੇ ਨੇ ਤੇ ਨਾਨਾ ਫਾਰਮ ਨਵੀਂ ਜਿਹੜਾ ਉਸਦੇ ਨਾਲ ਪਰੰਦਰ ਦੀ ਸੰਧੀ ਕਰ ਲੈਂਦੇ ਨੇ ਪਰੰਦਰ ਦੀ ਸੰਧੀ ਦੇ ਨਾਲ ਕੀ ਹੁੰਦਾ ਰਗੂਨਾਥ ਨਾਲ ਨੂੰ ਸੈਡ ਤੇ ਕਰ ਦਿੱਤਾ ਜਾਂਦਾ ਤੇ ਪੈਨਸ਼ਨ ਲਾ ਕੇ ਉਹਦੀਆਂ ਜਿਹੜੀਆਂ ਸਾਰੀਆਂ ਸ਼ਕਤੀਆਂ ਨੇਗੀਆਂ ਉਹ ਖੋਲੀਆਂ ਜਾਂਦੀਆਂ ਨੇ ਤੇ ਇਹ ਜਿਹੜੀ ਸੰਧੀ ਹੈਗੀ ਥੋੜਾ ਟਾਈਮ ਚੱਲਦੀ ਆ ਉਸ ਤੋਂ ਬਾਅਦ ਟੁੱਟ ਜਾਂਦੀ ਆ ਉਹਦਾ ਕੀ ਕਾਰਨ ਉਹ ਆਪਾਂ ਗੱਲ ਦੀ ਲੋਕਲ ਅੰਗਰੇਜ਼ੀ ਸਰਕਾਰ ਨੇ ਰਗੂਨਾਥ ਨਾਲ ਦਾ ਸਮਰਥਨ ਕਰ ਦਿੱਤਾ ਜਿਸ ਕਾਰਨ ਨਾਨਾ ਫਰਨਵਿਜ਼ ਨੇ ਸਮਝਿਆ ਵੀ ਅੰਗਰੇਜ਼ਾਂ ਨੇ ਪੁਲੰਦਰ ਦੀ ਸੰਧੀ ਦੀ ਉਲੰਘਣਾ ਕੀਤੀ ਹੈ ਅਤੇ ਫਿਰ ਨਾਨਾ ਫਰਨਵਿਜ਼ 1777 ਦੇ ਵਿੱਚ ਫਰੈਂਚ ਕੰਪਨੀ ਨੂੰ ਇੱਕ بندرਗਾਹ ਦੇ ਦਿੰਦੇ ਨੇ ਇਸ ਤੋਂ ਅੰਗਰੇਜ਼ ਨੇ ਜਿਹੜੇ ਉਹ ਖਫਾ ਹੋ ਜਾਂਦੇ ਨੇ ਫਿਰ ਅੰਗਰੇਜ਼ ਆਪਣੀ ਫੌਜ ਲੈ ਕੇ ਪੂਨੇ ਦੇ ਕੋਲ ਬੁਰਗਾਉਂ ਦੇ ਸਥਾਨ ਤੇ ਪਹੁੰਚਦੇ ਹਨ ਅਤੇ ਦੂਜੇ ਪਾਸੇ ਮਰਾਠੇ ਮਹਾਦੀ ਸਿੰਦੇ ਦੀ ਅਗਵਾਹੀ ਹੇਠ ਆਉਂਦੇ ਹਨ ਤੇ ਜਦ ਹੁੰਦਾ ਹੈ ਜਿਸ ਦੇ ਵਿੱਚ ਅੰਗਰੇਜ਼ ਹਾਰਦੇ ਹਨ ਅਤੇ ਉਹ ਮਰਾਠਿਆਂ ਦੇ ਨਾਲ ਇੱਕ ਸੰਧੀ ਕਰਦੇ ਹਨ ਜਿਸ ਨੂੰ ਬੜਗਾਉਂ ਦੀ ਸੰਧੀ ਕਿਹਾ ਜਾਂਦਾ ਹੈ ਜਿਹੜੀ ਕਿ 1779 ਦੇ ਵਿੱਚ ਹੋਈ ਸੀ ਅੰਤ ਵਿੱਚ ਇੱਕ ਹੋਰ ਸਾਲਬਾਈ ਦੀ ਸੰਧੀ ਦੇ ਨਾਲ ਪਹਿਲਾ ਐਂਗਲੋ ਮਰਾਠਾ ਜਦ 1782 ਦੇ ਵਿੱਚ ਖਤਮ ਹੁੰਦਾ ਹੈ ਸਾਲਬਾਈ ਦੀ ਸੰਧੀ ਕੀ ਸੀ ਸਾਲਬਾਈ ਦੀ ਸੰਧੀ ਕੀ ਸੀਗੀ ਜੀ ਤਾਂ ਸਾਲਬਾਈ ਦੀ ਸੰਧੀ ਮਈ 1782 ਦੇ ਵਿੱਚ ਈਸਟ ਇੰਡੀਆ ਕੰਪਨੀ ਅਤੇ ਮਹਾਤਜੀ ਸਿੰਦੇ ਦੇ ਵਿਚਕਾਰ ਹੋਈ ਫਰਵਰੀ 1783 ਨੂੰ ਪੇਸ਼ਵਾ ਦੀ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਇਸ ਦੇ ਫਲਸਰੂਪ 1775 ਤੋਂ ਚੱਲਦਾ ਆ ਰਿਹਾ ਐਂਗਲੋ ਮਰਾਠਾ ਯੁੱਧ ਸਮਾਪਤ ਹੋ ਗਿਆ ਸੰਧੀ ਦੀਆਂ ਸ਼ਰਤਾਂ ਅਨੁਸਾਰ ਸਾਸ਼ਟੀ ਟਾਪੂ ਅੰਗਰੇਜ਼ਾਂ ਦੇ ਅਧਿਕਾਰ ਵਿੱਚ ਹੀ ਰਿਹਾ ਅੰਗਰੇਜ਼ਾਂ ਨੇ ਰਗੂਨਾਥ Rao ਦਾ ਸਾਥ ਛੱਡ ਦਿੱਤਾ ਅਤੇ ਮਰਾਠਾ ਸਰਕਾਰ ਨੇ ਇਸ ਨੂੰ ਪੈਨਸ਼ਨ ਦੇਣੀ ਸਵੀਕਾਰ ਕਰ ਲਈ। ਅੰਗਰੇਜ਼ਾਂ ਨੇ ਮਧਵ Rao ਨੂੰ ਪੇਸ਼ਵਾ ਮੰਨ ਲਿਆ ਅਤੇ ਜਮੁਨਾ ਨਦੀ ਦੇ ਪੱਸ਼ਮ ਦਾ ਸਾਰਾ ਇਲਾਕਾ ਵਾਧਜੀ ਸਿੰਦੇ ਨੂੰ ਦੇ ਦਿੱਤਾ। ਅੰਗਰੇਜ਼ਾਂ ਅਤੇ ਮਰਾਠਿਆਂ ਵਿਚਕਾਰ ਇਹ ਸੰਧੀ 2016 ਤੱਕ ਸ਼ਾਂਤੀਪੂਰਵਕ ਚੱਲਦੀ ਰਹੀ। ਤਾਂ ਇਹ ਸੀਗਾ ਜੀ ਅੱਜ ਦਾ ਆਪਣਾ ਟਾਪਿਕ ਪਹਿਲਾ ਐਂਗਲੋ ਮਰਾਠਾ ਜੁੱਦ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਇਸੇ ਤਰ੍ਹਾਂ ਦੀ ਅਸੀਂ ਹੋਰ ਐਜੂਕੇਸ਼ਨਲ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਹਾਈ ਫਾਈ ਐਗਜ਼ਾਮ ਸਟੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ